ਪੰਜਾਬ ਦੀਆਂ ਜੇਲ੍ਹਾਂ ਅਕਸਰ ਹੀ ਵਿਵਾਦਾਂ ਵਿੱਚ ਆ ਰਹੀਆਂ ਨੇ। ਜੇਲ੍ਹਾਂ ਵਿੱਚ ਮੋਬਾਈਲ ਮਿਲਣਾ ਅਤੇ ਨਸ਼ੇ ਦਾ ਸਾਮਾਨ ਮਿਲਣਾ ਲਗਾਤਾਰ ਜਾਰੀ ਹੈ, ਪਰ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ ਡਿਪਟੀ ਸੁਪਰਡੈਂਟ ਪ੍ਰਭਜੋਤ ਸਿੰਘ ਸਿੱਧੂ ਦੇ ਉੱਪਰ ਜੇਲ੍ਹ ਵਿੱਚ ਨਜ਼ਰਬੰਦ ਹਵਾਲਾਤੀ ਪ੍ਰਭਜੀਤ ਸਿੰਘ, ਜੋ ਕਤਲ ਕੇਸ ਦੇ ਤਹਿਤ ਨਜ਼ਰਬੰਦ ਹੈ, ਉਸ ਕੋਲੋਂ 2 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਆਰੋਪ ਲੱਗ ਰਹੇ ਨੇ ਅਤੇ ਪੁਲਿਸ ਵੱਲੋਂ ਡਿਪਟੀ ਸੁਪਰਡੈਂਟ 'ਤੇ ਮਾਮਲਾ ਦਰਜ ਕਰਕੇ ਆਰੋਪੀ ਡਿਪਟੀ ਸੁਪਰਡੈਂਟ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ 'ਤੇ ਨਾਭਾ ਦੇ DSP ਰਾਜੇਸ਼ ਕੁਮਾਰ ਛਿੱਬੜ ਨੇ ਕਿਹਾ ਹੈ ਕਿ ਡਿਪਟੀ ਸੁਪਰਡੈਂਟ ਵੱਲੋਂ ਜੇਲ੍ਹ ਵਿੱਚ ਨਜ਼ਰਬੰਦ ਹਵਾਲਾਤੀ ਕੋਲੋਂ 2 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ ਅਤੇ ਹਵਾਲਾਤੀ ਦੇ ਭਰਾ ਵੱਲੋਂ 2 ਲੱਖ ਰੁਪਏ ਦੀ ਰਾਸ਼ੀ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਦੇ ਨਜ਼ਦੀਕ ਦੇ ਦਿੱਤੀ ਗਈ ਸੀ। ਪ੍ਰਭਜੋਤ ਸਿੰਘ ਸੀ ਜੀ ਇੱਥੇ ਪਿਛਲੇ ਸਾਲ ਇੱਥੇ ਸੀਗੇ, ਜਿਨ੍ਹਾਂ ਦੀ ਪਿਛਲੇ ਮਹੀਨੇ ਹੀ ਬਦਲੀ ਹੋਈ ਇੱਥੋਂ, ਅਤੇ ਉਹਨਾਂ ਦੀ ਇੱਕ 126 ਨੰਬਰ ਮੁਕੱਦਮਾ ਦਰਜ ਹੋਇਆ, ਪ੍ਰਵੈਂਸ਼ਨ ਆਫ ਕਰਪਸ਼ਨ ਐਕਟ ਅਤੇ 384 IPC ਦਾ। ਉਸਦੇ ਭਰਾ ਪਰਮਜੀਤ ਸਿੰਘ ਵੱਲੋਂ ਐਲੀਗੇਸ਼ਨ ਲੱਗੇ ਨੇ ਵੀ ਉਹਦੇ ਭਰਾ ਨੂੰ ਇੱਥੇ ਟੋਰਚਰ ਕੀਤਾ ਗਿਆ ਅਤੇ ਉਹਨੂੰ ਹਿਰਾਸਤ 'ਚ ਇੱਥੇ ਤੰਗ ਪਰੇਸ਼ਾਨ ਕੀਤਾ ਗਿਆ। ਉਹ ਤੋਂ 2 ਲੱਖ ਦੀ ਡਿਮਾਂਡ ਕੀਤੀ ਸੀਗੀ, ਜੋ ਉਹਨਾਂ ਨੇ ਦੇ ਕੇ ਉਹਨੂੰ ਜਿਹੜਾ ਹੈਗਾ ਉੱਥੋਂ ਉਹਦਾ ਉਹਦੀ ਉਹ ਕੀਤੀ ਹੈ, ਜਿਹੜਾ ਜੇਲ੍ਹ ਸੁਪਰਡੈਂਟ ਆ ਉਹਨੂੰ ਦਿੱਤੇ ਨੇ ਪ੍ਰਭਜੋਤ ਸਿੰਘ ਨੂੰ। ਅਤੇ ਇਸ ਸੰਬੰਧ ਵਿੱਚ ਜੇਲ੍ਹ ਡਿਪਾਰਟਮੈਂਟ ਦੇ ਅਫਸਰਾਂ ਵੱਲੋਂ ਪਰਚਾ ਦਰਜ ਹੋ ਕੇ DA ਲੀਗਲ ਦੀ ਰਾਏ 'ਤੇ ਥਾਣਾ ਸਦਰ ਨਾਭਾ ਪਰਚਾ ਦਰਜ ਹੋਇਆ, ਉਹਦੀ ਤਫਤੀਸ਼ ਮੇਰੇ ਵੱਲੋਂ ਕੀਤੀ ਜਾ ਰਹੀ ਹੈ। ਅਤੇ ਗ੍ਰਿਫਤਾਰ ਵਗੈਰਾ ਕੀਤਾ ਗਿਆ? ਨਹੀਂ, ਹਜੇ ਗ੍ਰਿਫਤਾਰੀ ਨਹੀਂ ਜੀ, ਅਸੀਂ ਅਜੇ ਹੁਣ ਇਸ ਸੰਬੰਧ ਵਿੱਚ ਅਸੀਂ ਤਫਤੀਸ਼ ਕਰ ਰਹੇ ਹਾਂ, ਗ੍ਰਿਫਤਾਰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਲਾਂਗੇ। ਕਿਹੜੀ ਕਿਹੜੀ ਧਾਰਾ ਦੇ ਤਹਿਤ ਮਾਮਲਾ? 7 ਪ੍ਰਵੈਂਸ਼ਨ ਆਫ ਕਰਪਸ਼ਨ ਐਕਟ ਅਤੇ 384 IPC ਦਾ। ਹਵਾਲਾਤੀ ਤੋਂ 2 ਲੱਖ ਕਾਹਦੇ ਮੰਗਦੇ ਸੀ, ਕਿਸ ਬਦਲੇ ਮੰਗਦੇ ਸੀ? ਉਹਨੂੰ ਜਿਵੇਂ ਇਹਨਾਂ ਨੇ ਕਿਤੇ ਟੋਰਚਰ ਕੀਤਾ ਸੀਗਾ ਵੀ ਉਹਨੂੰ ਉੱਥੇ ਰੱਖਿਆ ਗਿਆ ਸੀ ਕਿਸੇ ਕਾਲਜ ਜੋ ਹੈਗਾ ਬੈਰਕ 'ਚ, ਅਤੇ ਜਿੱਥੇ ਉਹਨੂੰ ਤਸੀਹੇ ਦਿੱਤੇ ਗਏ ਸੀ ਜੋ ਇਹਨਾਂ ਨੇ ਐਲੀਗੇਸ਼ਨ ਲਾਏ ਨੇ, ਅਤੇ ਉਹਦੀ ਹੁਣ ਅਸੀਂ ਤਫਤੀਸ਼ ਕਰਾਂਗੇ। ਇਹ ਸਭ ਕੁਝ ਜਿਵੇਂ ਐਲੀਗੇਸ਼ਨ ਲੱਗਦੇ ਰਹਿੰਦੇ, ਜਿਹਨਾਂ 'ਚ ਕਮਰੇ ਦਿੱਤੇ ਜਾਂਦੇ ਆ, ਕੋਈ VIP ਟ੍ਰੀਟਮੈਂਟ ਦਿੱਤਾ ਜਾਂਦਾ, ਜਾਂ ਹੋ ਸਕਦਾ ਵੀ ਜਿਹੜੇ 2 ਲੱਖ ਰੁਪਏ ਉਸੇ ਕਰਕੇ ਲੱਤੇ ਵੀ ਕੋਈ ਇਹ ਟ੍ਰੀਟਮੈਂਟ ਵਧੀਆ ਤਰੀਕੇ ਦਾ ਦੇਣ? ਜੋ ਵੀ ਅੱਗੇ ਤਫਤੀਸ਼ ਆਊਗੀ ਜੀ, ਇਹ ਹੁਣ ਜੇਲ੍ਹ ਡਿਪਾਰਟਮੈਂਟ ਨੇ ਇਸ ਲਈ ਕਰਕੇ ਇਨਕੁਆਇਰੀ, ਇਹਨੂੰ ਗਿਲਟੀ ਕਰਕੇ ਤਾਂ ਹੀ ਪਰਚਾ ਦਰਜ ਹੋਇਆ, ਅੱਗੇ ਅਸੀਂ ਤਫਤੀਸ਼ 'ਚ ਜੋ ਵੀ ਸਤ ਸਾਹਮਣੇ ਆਉਣਗੇ ਤੁਹਾਨੂੰ ਦੱਸਾਂਗੇ। ਜਿਹੜਾ ਹਵਾਲਾਤੀ ਕੀ ਨਾਮ ਸੀ, ਕਿਹੜੇ ਧਾਰਾ ਦੇ ਤਹਿਤ ਇਹ ਅੰਦਰ ਬੰਦ ਹੈ? ਭਵਜੀਤ ਸਿੰਘ 302 ਦਾ ਪਰਚਾ ਸੀ, ਇਹ ਖਰੜ ਤੋਂ ਉੱਥੋਂ ਸ਼ਿਫਟ ਹੋ ਕੇ ਆਇਆ ਸੀਗਾ ਅਤੇ ਉਰੇ ਸ਼ਿਫਟ ਕੀਤਾ ਸੀ ਇਹਨੂੰ। ਪ੍ਰਭਜੋਤ ਸਿੰਘ ਸੀ ਜੀ ਇੱਥੇ ਪਿਛਲੇ ਸਾਲ ਇੱਥੇ ਸੀਗੇ, ਜਿਨ੍ਹਾਂ ਦੀ ਪਿਛਲੇ ਮਹੀਨੇ ਹੀ ਬਦਲੀ ਹੋਈ ਇੱਥੋਂ, ਅਤੇ ਉਹਨਾਂ ਦੀ ਇੱਕ 126 ਨੰਬਰ ਮੁਕੱਦਮਾ ਦਰਜ ਹੋਇਆ, 7 ਪ੍ਰਵੈਂਸ਼ਨ ਆਫ ਕਰਪਸ਼ਨ ਐਕਟ ਅਤੇ 384 IPC ਦਾ। ਉਸਦੇ ਭਰਾ ਪਰਮਜੀਤ ਸਿੰਘ ਵੱਲੋਂ ਐਲੀਗੇਸ਼ਨ ਲੱਗੇ ਨੇ ਵੀ ਉਹਦੇ ਭਰਾ ਨੂੰ ਇੱਥੇ ਟੋਰਚਰ ਕੀਤਾ ਗਿਆ ਅਤੇ ਉਹਨੂੰ ਹਿਰਾਸਤ 'ਚ ਇੱਥੇ ਤੰਗ ਪਰੇਸ਼ਾਨ ਕੀਤਾ ਗਿਆ, ਉਹ ਤੋਂ 2 ਲੱਖ ਦੀ ਡਿਮਾਂਡ ਕੀਤੀ ਸੀਗੀ, ਜੋ ਉਹਨਾਂ ਨੇ ਦੇ ਕੇ ਉਹਨੂੰ ਜਿਹੜਾ ਹੈਗਾ ਉੱਥੋਂ ਉਹਦਾ ਉਹਦੀ ਉਹ ਕੀਤੀ ਹੈ, ਜਿਹੜਾ ਜੇਲ੍ਹ ਸੁਪਰਡੈਂਟ ਆ ਉਹਨੂੰ ਦਿੱਤੇ ਨੇ ਪ੍ਰਭਜੋਤ ਸਿੰਘ ਨੂੰ। ਅਤੇ ਇਸ ਸੰਬੰਧ ਵਿੱਚ ਜੇਲ੍ਹ ਡਿਪਾਰਟਮੈਂਟ ਦੇ ਅਫਸਰਾਂ ਵੱਲੋਂ ਪਰਚਾ ਦਰਜ ਹੋ ਕੇ DA ਲੀਗਲ ਦੀ ਰਾਏ 'ਤੇ ਥਾਣਾ ਸਦਰ ਨਾਭਾ ਪਰਚਾ ਦਰਜ ਹੋਇਆ, ਉਹਦੀ ਤਫਤੀਸ਼ ਮੇਰੇ ਵੱਲੋਂ ਕੀਤੀ ਜਾ ਰਹੀ ਹੈ।
ਅਤੇ ਗ੍ਰਿਫਤਾਰ ਵਗੈਰਾ ਕੀਤਾ ਗਿਆ? ਨਹੀਂ ਹਜੇ ਗ੍ਰਿਫਤਾਰੀ ਨਹੀਂ ਜੀ, ਅਸੀਂ ਹਜੇ ਹੁਣ ਇਸ ਸੰਬੰਧ ਵਿੱਚ ਅਸੀਂ ਤਫਤੀਸ਼ ਕਰ ਰਹੇ ਹਾਂ, ਗ੍ਰਿਫਤਾਰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਲਾਂਗੇ। ਕਿਹੜੀ ਕਿਹੜੀ ਧਾਰਾ ਦੇ ਤਹਿਤ ਮਾਮਲਾ? 7 ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਅਤੇ 384 ਆਈ ਪੀ ਸੀ ਦਾ। ਹਵਾਲਾਤੀ ਤੋਂ 2 ਲੱਖ ਕਾਹਦੇ ਮੰਗਦੇ ਸੀ, ਕਿਸ ਬਦਲੇ ਮੰਗਦੇ ਸੀ? ਉਹਨੂੰ ਜਿਵੇਂ ਇਹਨਾਂ ਨੇ ਕਿਤੇ ਟੋਰਚਰ ਕੀਤਾ ਸੀਗਾ ਵੀ ਉਹਨੂੰ ਉੱਥੇ ਰੱਖਿਆ ਗਿਆ ਸੀ ਕਿਸੇ ਕਾਲਜ ਜੋ ਹੈਗਾ ਬੈਰਕ 'ਚ, ਅਤੇ ਜਿੱਥੇ ਉਹਨੂੰ ਤਸੀਹੇ ਦਿੱਤੇ ਗਏ ਸੀ ਜੋ ਇਹਨਾਂ ਨੇ ਐਲੀਗੇਸ਼ਨ ਲਾਏ ਨੇ, ਅਤੇ ਉਹਦੀ ਹੁਣ ਅਸੀਂ ਤਫਤੀਸ਼ ਕਰਾਂਗੇ। ਇਹ ਸਭ ਕੁਝ ਜਿਵੇਂ ਐਲੀਗੇਸ਼ਨ ਲੱਗਦੇ ਰਹਿੰਦੇ ਜਿਹਨਾਂ 'ਚ ਕਮਰੇ ਦਿੱਤੇ ਜਾਂਦੇ ਆ, ਕੋਈ ਵੀ ਆਈ ਪੀ ਟ੍ਰੀਟਮੈਂਟ ਦਿੱਤਾ ਜਾਂਦਾ, ਜਾਂ ਹੋ ਸਕਦਾ ਵੀ ਜਿਹੜੇ 2 ਲੱਖ ਰੁਪਏ ਉਸੇ ਕਰਕੇ ਲਿੱਤੇ ਵੀ ਕੋਈ ਇਹ ਟ੍ਰੀਟਮੈਂਟ ਵਧੀਆ ਤਰੀਕੇ ਦਾ ਦੇਣਾ। ਜੋ ਵੀ ਅੱਗੇ ਤਫਤੀਸ਼ ਆਊਗੀ ਜੀ, ਇਹ ਹੁਣ ਜੇਲ੍ਹ ਡਿਪਾਰਟਮੈਂਟ ਨੇ ਇਸ ਲਈ ਕਰਕੇ ਇਨਕੁਆਇਰੀ, ਇਹਨੂੰ ਗਿਲਟੀ ਕਰਕੇ ਤਾਂ ਹੀ ਪਰਚਾ ਦਰਜ ਹੋਇਆ। ਅੱਗੇ ਅਸੀਂ ਤਫਤੀਸ਼ 'ਚ ਜੋ ਵੀ ਸਤ ਸਾਹਮਣੇ ਆਉਣਗੇ ਤੁਹਾਨੂੰ ਦੱਸਾਂਗੇ। ਇਹ ਜਿਹੜਾ ਹਵਾਲਾ ਤੇ ਕੀ ਨਾਮ ਸੀ, ਕਿਹੜੇ ਧਾਰਾ ਦੇ ਤਹਿਤ ਇਹ ਅੰਦਰ ਬੰਦ ਹੈ? ਭਵਜੀਤ ਭਵਜੀਤ ਸਿੰਘ 302 ਦਾ ਪਰਚਾ ਸੀ ਇਹ, ਖਰੜ ਤੋਂ ਉੱਥੋਂ ਸ਼ਿਫਟ ਹੋ ਕੇ ਆਇਆ ਸੀਗਾ ਅਤੇ ਉਰੇ ਸ਼ਿਫਟ ਕੀਤਾ ਸੀ ਇਹਨੂੰ।